ਲੈ ਝੋਲਾ ਕਿੱਥੋਂ ਖੜੇ ਨਾਟਪੇ ਚ ਕੰਮ ਆ ਜਾਂਦੇ ਸੀ ਪਾਪਾ ਕਦੇ ਤੁਸੀਂ ਨਾ ਕਰਿਓ ਬਸ, ਤੁਸੀਂ ਉਹਦੇ ਥੋੜਾ ਥੋੜਾ ਚੱਲ ਜੂਗਾ। ਖੇਤ ਚਾਬੀਆਂ ਝੋਲੇ ਚ ਪਾ ਕੇ ਲਿਆਂਦੇ ਹੁੰਦੇ ਸੀ, ਪਾਪੇ ਨੇ ਚਾਬੀਆਂ ਵਾਲਾ ਪਟਾਰਾ ਖੋਲਿਆ, ਕਹਿੰਦੇ ਝੋਲੇ ਨੇ ਉੱਧੜਨੇ ਆ ਭਾਈ, ਐਕਸਟਰਾ ਸਮਾਨ ਵਾਲਾ 5-6 ਕਿਲੋ ਦਾ ਭਾਰ ਹੋਇਆ ਪਿਆ। ਤਾਂ ਨਟਪੇ 'ਚ ਆਏ ਆ ਵੀ ਕਦੇ ਕਿਸੇ ਵੇਲੇ ਵੀ ਕੰਮ ਆ ਜਾਂਦੇ ਸੀਗੇ, ਤਾਂ ਕਰਕੇ ਵਿੱਚ ਹੀ ਸਾਰਾ ਸਮਾਨ ਰੁਲਿਆ ਫਿਰਦਾ ਸੀ। ਕੁਛ ਚਾਬੀਆਂ ਟਰੈਕਟਰ 'ਚ ਸੀਗੀਆਂ ਅਤੇ ਕੁਛ ਆਹ ਰੋਜ਼ ਕੰਮ ਆਉਣ ਵਾਲੀਆਂ, ਕੋਈ ਫੀਟਰ 'ਤੇ ਕੋਈ ਕਿਤੇ ਕੋਈ ਕਿਵੇਂ, ਅਤੇ ਉਹ ਜਿਹੀ ਆਪਦੀ ਚਾਬੀ ਨਾਲ ਰੱਖੀ ਕਰਦੇ ਸੀਗੇ। ਅਤੇ ਫਿਰ ਚੱਲ ਇੰਨੇ ਬਹਾਨੇ ਨਾਲ ਨਾਲੇ ਚਾਬੀਆਂ ਦੀ ਸਫਾਈ ਹੋਈ, ਨਾਲੇ ਝੋੜਾ ਸਿਉਂਤਾ ਜਾਊਗਾ। ਦਰੀ ਵਾਲਾ ਬਹੁਤ ਪੁਰਾਣਾ, ਮੰਮੀ ਕਿੰਨਾ ਕੁ ਪੁਰਾਣਾ ਹੋਊਗਾ ਇਹ? ਮੰਮੀ ਕਿੱਥੇ ਨੇ? ਤੀਹ ਸਾਲ ਪਹਿਲਾਂ ਦਾ ਹੋਊ ਆਪਾਂ, ਕਹਿੰਦਾ ਇਹ ਬਣਿਆ ਹੋਇਆ, ਹੁਣ ਉੱਧੜਿਆ ਇਹ ਉਦੋਂ ਦਾ, ਉੱਧੜਦਾ ਤਾਂ ਹੁਣ ਵੀ ਨਹੀਂ ਸੀ, ਬਸ ਹੁਣ ਆਹ ਚਾਬੀਆਂ ਵਾਲਾ ਧੱਕਾ ਕਰ ਰੱਖਿਆ ਸੀਗਾ, ਬਾਹਲਾ ਸਮਾਨ ਜ਼ਿਆਦਾ ਹੋ ਜਾਂਦਾ ਸੀਗਾ। ਨੌਜਵਾਨ ਯੂਰੀਆ ਥੋੜੀ ਜਿਹੀ ਫਿਊਰੀ ਵਗੈਰਾ ਲਿਆਉਣ ਨੂੰ ਕਹਿੰਦੇ ਸੀ ਵਿੱਚ ਸੁਪਰ। ਇਹ ਕੁਸਲੇ ਵਾਲੇ ਖੇਤ ਪਾਉਣੀ ਆ ਇੱਧਰ ਸ਼ਾਮ ਨੂੰ ਜਾਂ ਸਵੇਰੇ ਵੇਖਦੇ ਜਦੋਂ ਮਾਹੌਲ ਬਣਿਆ। ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਅਤੇ ਸਵਾਗਤ ਆ ਆਪਣੇ ਅੱਜ ਦੇ ਨਵੇਂ ਬਲੌਗ 'ਚ। ਅੱਜ 5 ਭਾਦੋਂ 20 ਅਗਸਤ 2024। ਹਾਂ ਚੱਕ ਲੈ ਯਾਰ, ਚੋਬਰ ਹੈਗਾ। ਚੱਲ ਧੰਨਵਾਦ ਬਾਈ, ਵੀਡੀਓ ਦੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾਜ਼ਮੀ ਦੇਖਿਓ। ਪਿੰਡਾਂ ਵਾਲਾ ਦੇਸੀ ਪ੍ਰਦੇਸੀ ਮਾਹੌਲ, ਗਾਲ ਗੱਪੇ ਤੋਂ ਰਹਿਤ ਸਾਰੀ ਗੱਲਬਾਤ ਕਰਦੇ ਰਹਿੰਦੇ ਸਾਂਝੀ ਤੁਹਾਡੇ ਨਾਲ, ਜਿਹੜੀ ਘਰ ਪਰਿਵਾਰ 'ਚ ਬੈਠ ਕੇ ਵੇਖ ਸਕਦੇ ਹੋ, ਸੁਣ ਸਕਦੇ ਹੋ। ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਫੇਸਬੁੱਕ 'ਤੇ ਦੇਖ ਰਹੇ ਹੋ ਤਾਂ ਫੋਲੋ ਕਰ ਲਿਓ। ਹਾਂ ਇੱਥੇ ਧੰਨਵਾਦ, ਸਤਿ ਸ਼੍ਰੀ ਅਕਾਲ ਬੇਟਾ, ਤੁਹਾਨੂੰ ਸਾਰਿਆਂ ਨੂੰ ਤੁਹਾਡੇ ਧੰਨਵਾਦ, ਵਾਹ ਵਾਹ। ਲਾਇਕ ਸ਼ੇਅਰ ਕਮੈਂਟ ਕਰਨੋ ਕਦੇ ਵੀ ਨਾ ਭੁੱਲਿਓ। ਧੁਰ ਤੋਂ ਲੈ ਕੇ ਧੁਰ ਤੱਕ ਬਲੌਗ ਜ਼ਰੂਰ ਦੇਖਣਾ, ਫੇਸਬੁੱਕ 'ਤੇ ਦੇਖਦੇ, ਫੋਲੋ ਵੀ ਜ਼ਰੂਰ ਕਰਿਓ। ਤੇ ਧੰਨਵਾਦ ਮੇਰੇ ਪੁੱਤਾਂ ਧੀਆਂ ਬੇਟਿਆਂ ਦੇ ਬੇਟੀਆਂ ਦੇ ਸਾਰੇ, ਠੀਕ ਹੈ ਜੀ, ਬਸ ਇੰਨਾ ਕੁ। ਧੰਨਵਾਦ ਤੁਹਾਡਾ ਵੀ ਮਾਤਾ ਜੀ। ਅਤੇ ਆਪਾਂ ਜਾਣਾ ਅਗਲੇ ਖੇਤ ਬੰਬੂ ਕਾਟ 'ਤੇ, ਅਤੇ ਸਮਾਨ ਸਾਰਾ ਰੋਟੀ ਟੁੱਕ ਬੰਨਿਆ ਪਿਆ ਗਾ। ਇਹ ਕਹਿੰਦੇ ਸੀ ਯੂਰੀਆ ਚੱਕ ਲਈਏ, ਨਾਲ ਹੀ ਨਹਾਉਣ ਨੂੰ ਪਾਣੀ ਕਿਹੜਾ ਮੁੱਲ ਵੇਖਦਾ ਗਾ ਤੈਨੂੰ, ਇੱਥੋਂ ਨਹਾ ਕੇ ਲੈ ਜਾਵਾਂਗੇ ਖੇਤ ਜਾ ਕੇ। ਨਾਲ ਹੀ ਕਿੰਨੇ ਲਾਉਣੇ ਆ, ਮੈਂ ਚੱਕ ਲਿਆਉਣਾ। ਸਾਫ ਕਰਕੇ ਰੱਖਦਾ ਹੁੰਦਾ ਸੀ ਰੇਤੇ ਨਾਲ ਮਾਂਜ ਕੇ, ਕਈ ਵਾਰੀ ਹੋ ਜਾਂਦਾ ਚੱਲ ਗਲਤੀ ਚ, ਮਤਲਬ ਜਲਦੀ ਚ। ਤੁਹਾਨੂੰ ਕਿੰਨੇ ਆਖੀ ਜਾਓ ਕੋਲੇ ਬੈਠਾ ਵੀ ਭਵਾ, ਮੈਂ ਫਿਰ ਵੀ ਹੱਥੀ ਲਾਉਣਾ ਉਵੇਂ ਸੰਦ ਮਾਰਨ ਕੇ ਲਿਬੜਿਆ ਵਿੱਚ। ਨਹੀਂ ਯਾਰ ਸਾਫ ਕਰਕੇ ਜੇ ਦੇਖ ਲਓ, ਮਿਸਤਰੀ ਦੇਖਿਆ ਕਿਤੇ ਲਿਬੜੇ ਸਨ ਧਰਦਾ ਦੇ ਕਾਊਂਟਰ ਤੇ ਉਸਤੇ ਫਤੇ ਤੇ। ਸਹੀ ਗੱਲ ਆ, ਨਹੀਂ ਹੁਣ ਆਹ ਨਾਟ ਜੀ ਕੱਢਾਂਗੇ ਬਸ ਕਰਦੇ ਆ। ਇਹਦਾ ਜੈਕ ਮੰਗੂ ਲੱਗ ਜਾਂਦੇ ਸੀ ਅੜੇ, ਥੋੜੇ ਬਹੁਤ ਕੰਮ ਦਿੱਤਾ ਇਹਨਾਂ ਨੇ, ਪਾ ਲਾਂਗੇ ਇੰਨੇ ਕੁ।
ਜਿਹੜੇ ਠੀਕ ਠੀਕ ਜੀ ਉਹ ਰੱਖ ਲਾਂਗੇ ਪੰਜ ਦਸ ਚੀਜ਼ਾਂ ਪਾ ਲਾਂਗੇ ਆਹ ਬਾਸ਼ਲਾ ਹੋ ਗਈਆਂ ਪੰਜ ਚਾਰ ਚਾਹ ਪੀ ਲੈ ਚਾਹ ਬਣੀ ਪਈ ਆ ਕਹਿੰਦਾ ਕੋਈ ਨੱਟ ਚੀਜ਼ ਇੱਥੇ ਨਵਾਂ ਕੱਢ ਲੈ ਫਿਰ ਠੰਡੀ ਬਰਫ਼ ਖਾ ਲਾ ਉਹਦੇ ਨਾਲ ਸਹੀ ਹੋ ਜਾਏਗਾ ਜੇ ਗਰਮੀਆਂ ਦਾ ਚਾਹ ਪੀ ਲੈ ਚਾਹ ਠੀਕ ਕਰਨ ਦੀ ਖੇਤ ਜਾ ਕੇ ਭਾਲੀ ਜਾਏਗਾ ਹੁਣ ਪੀ ਲਾ ਖੇਤ ਨਹੀਂ ਲੈ ਕੇ ਜਾਂਦੇ ਠੀਕ ਹੈ ਚੰਗਾ ਜੀ ਠੀਕ ਹੈ ਸਰ ਕਿਉਂ ਆਥਣੇ ਸੁੱਟਾਂਗੇ ਆਥਣੇ ਸੁੱਟਾਂਗੇ ਲੈ 6:30 ਵਜੇ ਤੋਂ ਬਾਅਦ ਪਤਾ ਕਿੰਨਾ ਦਿਨ ਪਿਆ ਹੁੰਦਾ ਗਾ ਗਰਮੀ ਦੇ ਦਿਨ ਨੇ ਕਿਹੜਾ ਸਿਆਲ ਆ ਇੱਧਰਲੇ ਖੇਤ ਆ ਚੰਗਾ ਤਕੜਾਂਗਾ ਠੀਕ ਹੈ ਚੰਗਾ ਇਹ ਹੱਥ ਨੇ ਪਾ ਦਿਆਂਗੇ ਯਾਰ ਕੋਈ ਯਾਰ 1.5 ਕਿੱਲੇ 'ਚ ਕੀ ਟਾਈਮ ਲੱਗੂ ਪਹਿਲਾਂ ਮੈਨੂੰ ਐਂ ਦੱਸ ਉਹਨਾਂ ਫੜਾ ਜਮਾਂ ਹੱਥ ਨੇ ਹਿੱਟ ਕੇ ਆਵਾਂਗੇ ਉਹ ਆਈ ਗੁਰੂ ਹੌਲੀ ਜੱਲੀ ਨਾਲੇ ਮੈਂ ਪਿੱਛੇ ਬੈਠਾਂਗਾ ਅਤੇ ਤਾੜ 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 ਗਿੱਚੀ ਮੈਂ ਪੜੇਂਗੇ ਚਪਾੜ ਇਹ ਭਾਂਡਾ ਇੱਕੋ ਹੀ ਹੈ ਯਾਰ ਕਿ ਚਾਹ ਤਾਂ ਮੰਗਵਾਉਂਦੇ ਨਹੀਂ ਦੁਪਹਿਰੇ ਹੌਲੀ ਕੈਂਪਰ ਟੰਗਿਆ ਹੋਇਆ ਹੈਗਾ ਸਟੇਟਮੈਂਟ ਪੱਕੀ ਆ ਨਾ ਮੁੱਕਰਦਾ ਤਾਂ ਨਹੀਂ ਹੋਣਾ ਠੀਕ ਹੈ ਸਰ ਠੀਕ ਹੈ ਲੋਟ ਕੰਮ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਜਿਹੜਾ ਉਹ ਰੋਡ ਐਕਸੀਡੈਂਟ ਹੋਇਆ ਦਿਖਾਇਆ ਸੀ ਤੁਹਾਨੂੰ ਉਹਦੀ ਅੱਜ ਆ ਵੀਡੀਓ ਕਲਿੱਪ ਮਿਲੀ ਆ ਆਪਾਂ ਨੂੰ CCTV ਕੈਮਰੇ ਤੋਂ ਅਤੇ ਆ ਹੁਣ ਜਿਹੜੀ ਗੱਡੀ ਆਊਗੀ ਅਤੇ ਸੁਣਨ 'ਚ ਆਇਆ ਇਹਦਾ ਡਰਾਈਵਰ ਸੀਟ ਥੱਲੋਂ ਫੋਨ ਕੱਢ ਰਿਹਾ ਸੀ ਗੱਡੀ ਰੋਂਗ ਸਾਈਡ ਗਈ ਅਤੇ ਟਕਰਾ ਗਈ ਅਤੇ 2-3 ਲੋਟਣੀਆਂ ਖਾ ਗਈ ਅਤੇ ਦਵਾ ਦਵਾ ਪਿੰਡ ਵਾਲਿਆਂ ਨੇ ਜਾ ਕੇ ਚੱਕ ਲਏ ਅਤੇ ਖੈਰ ਵੱਡਾ ਨੁਕਸਾਨ ਹੋਣ ਤੋਂ ਜਾਨ ਮਾਲ ਨੁਕਸਾਨ ਤੋਂ ਬਚਤ ਰਹਿ ਗਈ ਗੱਡੀਆਂ ਦਾ ਨੁਕਸਾਨ ਜ਼ਰੂਰ ਹੋਇਆਗਾ ਠੀਕ ਹੈ ਮਿੱਤਰਾ ਲੋਟਾ ਲੋਟਾ ਠੀਕ ਹੀ ਚਾਹੀਦੇ ਉਹ ਚੜ੍ਹਦੀ ਕਲਾ ਜਿਹਾ ਪ੍ਰੋਗਰਾਮ ਲੱਗ ਗਿਆ ਪਤਾ ਠੀਕ ਆ ਐਂ ਮਾਰਦੇ ਆ ਬੜਕਾਂ ਸਾਈਕਲ ਦਾ ਕੈਂਪਰ ਲੱਦੀ ਆਉਂਦੇ ਆ ਖੇਤਾਂ ਨੂੰ ਸਮਾਂ 10 ਵਜੇ ਦੇ ਨੇੜੇ ਹੋ ਗਿਆ ਜੂਰੀ ਏਰੀਆ ਚੱਕਣ ਵੱਗ ਗਏ ਇਹ ਕੁਛ ਬਸ ਘਰ ਦੇ ਕੰਮ ਧੰਦੇ ਕਰਕੇ ਫਿਰ ਨਿਕਲ ਜਾਂਦੇ ਹਾਂ ਘਰੋਂ ਅਸੀਂ ਅਤੇ ਕੰਮ ਨੂੰ ਖੰਭ ਮਾਰ ਦਿੰਦੇ ਹਾਂ ਕੋਈ ਚੱਕਰ ਨਹੀਂ ਗਾ ਗੂਗਲ ਦਾ ਧੁੱਪ 'ਚ ਰੜਦੇ ਹਾਂ ਕੱਕੂ ਕਹਿੰਦਾ ਸਰੀਰ ਹੀ ਸਾਡਾ ਸੂਰਜ ਨਿਕਲੇ ਤੋਂ ਬਣਦਾ ਗਾ ਭਾਦੋ 'ਚ ਗੱਲਾਂ ਤੈਮ ਰਹਿ ਜਾਂਦਾ ਕਿਉਂਕਿ ਜਦੋਂ ਹਵਾ ਨਾ ਚੱਲਦੀ ਉਦੋਂ ਗਰਮੀ ਹੁੰਦੀ ਆ ਬਾਕੀ ਟਾਈਮ ਠੀਕ ਹੁੰਦਾ ਮੌਸਮ ਚੈੱਕ yeah.
ਮੋੜਤਾ ਨੱਕਾ ਰਾਤ ਜਿਹੜਾ ਪਾਣੀ ਛੱਡ ਕੇ ਗਏ ਸੀਗੇ ਅਤੇ ਕੱਲ੍ਹ ਆਹ ਵੱਟਾਂ ਨਵੇੜੀਆਂ ਹੋਈਆਂ ਅਤੇ ਕੱਖ ਵੱਟਾਂ 'ਤੇ ਪਏ ਆ ਹਜੇ ਅੱਜ ਸ਼ਾਮ ਜੇ ਨੂੰ ਚੱਕ ਦਿਆਂਗੇ ਲੋਟ ਲੱਗਿਆ ਨਾਲੇ ਥੋੜ੍ਹੇ ਜਿਹੇ ਨਾਲ ਪਾਣੀ ਜਾਣਾ ਚੜ ਜੂਗਾ ਕੱਲ੍ਹ ਜੇ ਗਿੱਲੇ ਖਿਲੇ ਜੇ ਸੀ ਨਾਲੇ ਥੋੜ੍ਹੇ ਜਿਹੇ ਹੌਲੇ ਹੋ ਜਾਣਗੇ ਇਸ ਨਾਲ ਧੁੱਪ ਨਾਲ ਅਤੇ ਇੱਧਰੋਂ ਨੌਜਵਾਨ ਨੇ ਉਹ ਲਾਰੀ ਜੋੜੀ ਅਤੇ ਆਪਾਂ ਵੀ ਚੱਕਦੇ ਹਾਂ ਦਾਤੀ ਜੀ ਜਾ ਕੇ ਜਦੋਂ ਕੰਮ ਬੰਦੇ ਦੇ ਉੱਤੋਂ ਦੀ ਹੋਵੇ ਉਦੋਂ ਐਂ ਹੁੰਦਾ ਕਿ ਮੋਟਾ ਮੋਟਾ ਕੰਮ ਜਾਂ ਨਿਬੇੜਦਾ ਯਾਰ ਜਦੋਂ ਬੰਦਾ ਕੰਮ ਦੇ ਉੱਤੋਂ ਦੀ ਹੋਣ ਲੱਗਦਾ ਉਦੋਂ ਐਂ ਛੋਟੇ ਛੋਟੇ ਵੀ ਉਦੋਂ ਐਂ ਲੱਗਦਾ ਤੁਰੇ ਫਿਰਦੇ ਖਿੱਚ ਦਈਏ ਯਾਰ ਹੋਰ ਕੀ ਕਰਾਂਗੇ ਇਹੋ ਜਿਹਾ ਕੱਖ ਹੁਣ ਲਗਭਗ ਅਸੀਂ ਇੱਕ ਦੋ ਦਿਨਾਂ 'ਚ ਕੰਮ ਦੇ ਉੱਤੋਂ ਦੀ ਹੋਣ ਹੀ ਵਾਲੇ ਹੈਗੇ ਤਾਂ ਹੀ ਅਸੀਂ ਹੁਣ ਟਮਕੋਲੀਆਂ ਜਾਂ ਕਰਦੇ ਆਉਂਦੇ ਹੁੰਦੇ ਹਾਂ ਘਰੋਂ ਹੌਲੀ ਹੌਲੀ ਪਹਿਲਾਂ ਕੇਰਾਂ ਕੇਰਾਂ ਕੰਮ ਦੀ ਬਾਹਲੀ ਜ਼ਿਆਦਾ ਖਿੱਚ ਸੀਗੀ ਉਦੋਂ ਕੰਮ ਭੈੜ ਹੋਇਆ ਪਿਆ ਸੀਗਾ ਧੁੱਪ ਲੋਟ ਤੋਰ ਲਈਆਂ ਪਾਂਤਾਂ ਅਤੇ ਉੱਤੋਂ ਗੱਗੂ ਨੇ ਲਾ ਲਏ ਠੰਡੇ ਮਿੱਠੇ ਗਾਣੇ ਅਤੇ ਜਦੋਂ ਸੂਰਜ ਸਾਹਮਣੇ ਹੋਵੇ ਅਤੇ ਫਿਰ ਕੱਖ ਵੀ ਆ ਸੌਖੇ ਦਿਸ ਜਾਂਦੇ ਹੈਗੇ ਹੁਣ ਇਹ ਅੱਡ ਖੜ੍ਹੇ ਚਮਕਦੇ ਆ ਟਾਵੇਂ ਟਾਵੇਂ ਜੇ ਆ ਅਤੇ ਕਿੰਨੇ ਵਜੇ ਤੱਕ ਝੁੱਟੀ ਲਾਵਾਂਗੇ ਪ੍ਰਧਾਨ ਆਪਾਂ ਅਤੇ ਇਹ ਨੌਜਵਾਨ ਕਹਿੰਦਾ ਅੱਜ ਬਹਿੰਦੇ ਨਹੀਂ ਪਹਿਲਾਂ ਵੀ ਕਈ ਵਾਰੀ ਇਹ ਸਟੇਟਮੈਂਟਾਂ ਦਿੱਤੀਆਂ ਇਹਨੇ ਕਹਿੰਦਾ ਦੁਪਹਿਰਾ ਸਿਰ ਉੱਤੋਂ ਦੀ ਲੰਘਣ ਦੇ ਅਤੇ ਮੈਂ ਘੰਟਾ ਕੁ ਲੰਘਣ ਦੇ ਫਿਰ ਤੇਰੀ ਸਟੇਟਮੈਂਟ ਦੁਬਾਰੇ ਸੁਣ ਲਵਾਂਗੇ ਕੀ ਕਹਿਣਾ ਗਾ ਵੀ ਉਹ ਪਾਈਪ ਲਾਈਨ ਵਾਲੀ ਗੱਲ ਹੋਰ ਹੁੰਦੀ ਆ ਗੱਗੂਆ ਉਹ ਤਾਂ ਕੰਮ ਉਹ ਤਾਂ ਬੰਦੇ ਇਕੱਠੇ ਹੋਏ ਹੁੰਦੇ ਆ ਦੋ ਚਾਰ ਆਪਾਂ ਉਹ ਤਾਂ ਉਸੇ ਦਿਨ ਹੀ ਨਿਬੇੜ ਕੇ ਜਾਣਾ ਹੁੰਦਾ ਕੰਮ ਇਹ ਹੁਣ ਕੰਮ ਆਏ ਆ ਐਂ ਆ ਕੰਮ ਉਹ ਆ ਉਹ ਆ ਅਤੇ ਮੈਂ ਨਹੀਂ ਕਹਿੰਦਾ ਜਿੰਨਾ ਚਿਰ ਲੱਗੀ ਝੁੱਟੀ ਆਪਾਂ ਲਾਵਾਂਗੇ 12:30 ਵਜੇ ਤੱਕ ਮੈਂ ਇਹਨੂੰ ਆਖਿਆ ਸੀ ਮੈਂ ਕੋਈ ਗੱਲ ਨਹੀਂ ਆਪਾਂ ਹਟਦੇ ਨਹੀਂ ਇਹੋ ਜਿਹਾ ਲੇਟ ਆਏ ਹਾਂ ਉਹੀ ਜਿਹਾ 2 ਕਿੱਲਿਆਂ 'ਚ ਗੇੜਾ ਉਦੋਂ ਤੱਕ ਆਪਾਂ ਦੇਈ ਦੇਵਾਂਗੇ ਅਤੇ ਬਾਕੀ ਲੋਟ ਆ ਕੰਮ ਜਿੰਨਾ ਕੁ ਮੱਥ ਕੇ ਆਏ ਸੀ ਕੋਸ਼ਿਸ਼ ਕਰਾਂਗੇ ਉਨਾ ਕੁ ਅੱਜ ਕਰਕੇ ਜਾਈਏ ਅਤੇ ਬਾਕੀ ਲੱਗੇ ਪਏ ਹਾਂ ਲੋਟ ਆ ਮਾਹੌਲ ਵਾਹਿਗੁਰੂ ਜੀ ਇੱਕ ਤਾਂ ਜਿਹੜਾ ਝੋਨੇ ਦੇ ਵਿੱਚ ਖੜ੍ਹਾ ਹੁੰਦਾ ਨਾ ਅੱਧਾ ਕੱਖ ਉਹਦੀ ਕੱਟ ਵੱਟ ਥੋੜ੍ਹੀ ਜੀ ਵੱਧ ਜਾਂਦੀ ਹੈਗੀ ਅਣਖੀਲਾ ਲਾ ਰੱਖਿਆ ਆ ਕਰੀ ਉਹ ਗੁੰਜੇ ਜਾਓ ਇੱਕ ਕੱਖ ਕੜਾਓ ਵੱਟਣੀ ਹੈਂ ਇੱਥੇ ਬੀਪੀ ਕੋ ਡਾਊਨ ਕਰ ਲਿਆ ਇੰਨੀ ਤੂੰ ਟੈਨਸ਼ਨ ਲੈ ਕੇ ਗੱਗੂਗਾ ਆ ਕੱਲ੍ਹ ਵਾਲੇ ਬੱਦਲਾਂ ਵਰਗੇ ਬੱਦਲ ਅੱਜ ਫਿਰ ਬਣਨ ਲੱਗ ਗਏ ਅਤੇ ਪੂਰੀ ਸਾਫ਼ ਤੀ 25 ਮਿੰਟਾਂ ਦੀ ਝੁੱਟੀ ਲਾਈ ਆ ਇੱਕ ਕਿੱਲੇ ਦੇ ਅਤੇ ਕਿੱਲੇ ਦੇ ਕੱਖ ਕੱਢਦੇ ਆ 11:15 ਦਾ ਸਮਾਂ ਹੋਇਆ ਇਸ ਵਕਤ ਅਤੇ ਆਹ ਛੋਟੀਆਂ ਛੋਟੀਆਂ ਢੇਰੀਆਂ ਆਈਆਂ ਬਾਕੀ ਤਾਂ ਉੱਥੇ ਪਹੀ 'ਤੇ ਸਿੱਟਦੇ ਆਏ ਸੀਗੇ ਅਤੇ ਇਹਨਾਂ ਨੂੰ ਤਣ ਪੱਤਣ ਲਾ ਕੇ ਪਾਣੀ ਪੀ ਕੇ ਇੱਕ ਕਿੱਲਾ ਹੋਰ ਅਸੀਂ ਹੁਣ ਦੇੜਨਾ ਗੱਗੂ ਕਹਿੰਦਾ 12 ਵਜੇ ਤੱਕ ਠੀਕ ਹੈ ਸਰ ਇੱਕ ਵੱਟ ਵੀ ਰਹਿੰਦੀ ਆ ਆਪਣੀ ਕਿੱਲਾ 1.5 ਕਿੱਲਾ ਖਾਲ ਵਾਲੀ ਠੀਕ ਹੈ ਗੱਗੂ ਅੱਜ ਪੂਰੀ ਫੁੱਲ ਫਾਰਮ 'ਚ ਆ ਬਾਈ ਕਹਿੰਦਾ ਟੈਨਸ਼ਨ ਨਾ ਲੈ ਡਰਦਾ ਕਾਹਤੋਂ ਆ ਕਹਿੰਦਾ ਕੰਮ ਭਰਿਆੜ ਕਰਦਾ ਹੈ ਕੱਖਾਂ ਵਾਲਾ ਅਤੇ ਇਹਨੂੰ ਉਹ ਸਿੰਗਲ ਕੱਖ ਦਿਸ ਗਿਆ ਸਾਹਮਣੇ ਖੜ੍ਹਾ ਹਾਂ ਕਈ ਵਾਰੀ ਅੱਖਾਂ ਤੋਂ ਓਹਲੇ ਹੋ ਜਾਂਦੇ ਜਦੋਂ ਧੁੱਪ ਤੋਂ ਉਲਟ ਚੱਲਦੇ ਜਾਂ ਧੁੱਪ ਵਾਲੇ ਪਾਸੇ ਨੂੰ ਮੂੰਹ ਕਰਕੇ ਚੱਲਦੇ ਹਾਂ ਸੂਰਜ ਵਾਲੇ ਪਾਸੇ ਨੂੰ
ਫਿਰ ਤਾਂ ਉਹਨਾਂ ਦਾ ਰੰਗ ਲਹਿਦਾ ਦਿਸੀ ਜਾਂਦਾ, ਤਾਂ ਕਰਕੇ ਕੋਈ ਟਾਂ ਮਟਲਾ ਰਹਿ ਜਾਂਦਾ, ਅਤੇ ਨਹੀਂ ਤਾਂ ਕੁੱਪੀ ਚਰੋੜ ਸੋਹਣਾ ਖੜਕਾਤਾ। ਹਾਂ ਪਿੱਛੇ ਗੁਟੀਰੀ ਤਾਂ ਰਹੀ ਵੱਟ 'ਤੇ, ਠੀਕ ਹੈ। 12:15 ਦਾ ਸਮਾਂ, ਕਹਿੰਦਾ ਚਾਰ ਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ, ਸ਼ੌਂਕ ਨਾਲ, ਪਿਆਰ ਨਾਲ, ਲਾਲਚ ਨਾਲ, ਜਾਂ ਫਿਰ ਡੰਡੇ ਨਾਲ। ਅਤੇ ਇਹਨਾਂ 'ਚੋਂ ਇੱਕ ਤਰੀਕਾ ਕੱਢ ਦਿਓ ਡੰਡੇ ਵਾਲਾ, ਉਹ ਆਪਣੇ 'ਤੇ ਲਾਗੂ ਨਹੀਂ ਹੁੰਦਾ, ਅਤੇ ਬਾਕੀ ਤਿੰਨੇ ਤਰੀਕੇ ਲਾਗੂ ਆ। ਕੋਈ ਪਿਆਰ ਨਾਲ ਘਰੋਂ ਕਹਿ ਕੇ ਤੋਰ ਦੇ ਕਿ ਆਹ ਕੰਮ ਕਰ ਲਓ, ਕਰਦੇ ਹਾਂ। ਹਾਂ ਲਾਲਚ, ਹੁਣ 12:15 ਹੋ ਗਏ, ਗਰਮੀ ਐਨ ਪੂਰੀ ਧੁੱਕੀ ਕੱਢਵੀਂ ਸੀਗੀ, ਅਤੇ ਇਹ ਲਾਲਚ ਆ, ਇਹ ਅਸੀਂ ਲਾਲਚ ਨਾਲ ਲੱਗੇ ਪਏ ਸੀਗੇ, 2 ਕਿੱਲੇ ਨਿਬੇੜਨੇ ਆ, ਅਤੇ ਬਾਕੀ ਸ਼ੌਂਕ ਵੀ ਨਾਲ ਨਾਲ ਚੱਲੀ ਜਾਂਦਾ, ਜਿਵੇਂ ਗੱਗੂ ਨੇ ਖਿਲਾਰ ਕੇ ਜੇ ਸਿੱਟ 'ਤੇ, ਨਹੀਂ ਤਾਂ ਢੇਰੀ ਲਾ ਦਿੰਦੇ ਜੇ ਸ਼ੌਂਕ ਨਾ ਹੁੰਦਾ ਤਾਂ, ਇੱਥੇ ਮਾਰ ਕੇ ਪਰੇ ਅਤੇ ਆਪਦਾ ਮੰਜੇ ਵੱਲ ਨੂੰ ਹੁੰਦੇ। ਅਤੇ ਬਾਕੀ ਪਿੱਛੇ ਉਹ ਮੌਸਮ ਬੱਦਲ ਜਿਹਾ ਬਣ ਗਿਆ, ਸੋਹਣਾ ਬਣ ਗਿਆ, ਗੱਜੀ ਜਾਂਦਾ ਥੋੜ੍ਹਾ ਥੋੜ੍ਹਾ, ਅਤੇ ਯਾਲੇ ਨੇ ਨਾਲ ਠੰਡ ਹੋ ਜੂ, ਕਿਉਂ ਗੱਗੂ ਫਰਮਾ ਦਿਆ ਕਰ ਕੁਛ ਯਾਰ। ਅਤੇ ਬਾਕੀ ਮਥਿਆ ਸੀ ਵੀ 12:15 ਤੱਕ ਝੁੱਟੀ ਲਾਉਣੀ ਆ, ਆਹ ਕਿੱਲੇ 'ਚ ਉਹਦੇ ਨਾਲ ਉਹਦੇ ਵਿਚਾਲੇ ਵੱਟ ਆ 2 ਕਿੱਲਿਆਂ 'ਚ, ਉੱਧਰ ਦੀ ਬਜਾਏ ਇੱਧਰ ਥੋੜ੍ਹੇ ਜਿਹੇ ਕੱਖ ਘੱਟ ਸੀਗੇ, ਅਤੇ ਵਿੱਚ ਦੀ 15-20 ਮਿੰਟਾਂ ਦਾ ਅਸੀਂ ਰੈਸਟ ਲਿਆ ਸੀ, ਪਾਣੀ ਪੀਤਾ ਸੀ, ਅਤੇ ਕੁੱਲ ਮਿਲਾ ਕੇ 25-30 ਮਿੰਟਾਂ ਦੀ ਕਹਿ ਸਕਦੇ ਹਾਂ 2 ਕਿੱਲਿਆਂ 'ਚ ਝੁੱਟੀ ਲੱਗ ਗਈ, ਅਤੇ ਮੌਸਮ ਸੋਹਣਾ, ਅਤੇ ਫਿਲਹਾਲ ਉਹ ਸੋਲਰ ਮੋਟਰ 'ਤੇ ਨਹਾ ਕੇ ਆਹ ਰੈਸਟ ਫਰਮਾਉਂਦੇ ਹਾਂ 2-2:30 ਵਜੇ ਤੱਕ। ਮੈਂ ਇਹਨੂੰ ਕਿਹਾ ਸੀ 3 ਵਜੇ ਤੋਂ ਅੱਜ ਲੇਟ ਨਹੀਂ ਆਉਣਾ, ਆਪਾਂ 3 ਵਜੇ ਤੱਕ ਹੀ ਰੈਸਟ ਕਰਨੀ ਆ, ਕੋਸ਼ਿਸ਼ ਕਰਾਂਗੇ ਮੌਸਮ ਸੋਹਣਾ ਹੋਇਆ ਤਾਂ ਉਦੋਂ ਪਹਿਲਾਂ ਉੱਠ ਖੜਾਂਗੇ, ਅਤੇ ਅੱਜ ਇੱਥੋਂ ਨਿਬੇੜ ਕੇ ਥੋੜ੍ਹਾ ਜਿਹਾ ਤੜਕੇ ਨੇ 'ਚ ਝੁੱਟੀ ਲਾਉਣੀ ਆ, ਹਰਾ ਤੜਕੇ ਸੁਨੇਹਾ ਲੈ ਜਾਵਾਂਗੇ, ਵੱਢ ਕੇ ਅੱਜ ਦਾ ਹਰਾ ਦਾਸਾਂ ਕੋਲ ਹਲੇ ਪਿਆ ਸੀਗਾ, ਸ਼ਾਮ ਤੱਕ ਦਾ ਪੂਰਾ ਸੋਹਣਾ ਸਰਜੂਗਾ ਹਰਾ ਜਿਹੜਾ ਕੱਲ੍ਹ ਸ਼ਾਮ ਨੂੰ ਲੈ ਗਏ ਸੀਗੇ, ਅਤੇ ਬਾਕੀ ਮੌਸਮ ਦਾ ਨਜ਼ਾਰਾ। ਹਾਂ ਹਵਾ ਜੀ ਵੀ ਉੱਧਰੋਂ ਠੀਕ ਆਉਣ ਲੱਗ ਗਈ ਹੁਣ ਠੰਡੀ ਥੋੜ੍ਹਾ ਜਿਹਾ, ਇੰਨੇ ਨਾਲ ਬੰਦਾ ਥੋੜ੍ਹਾ ਜਿਹਾ ਤਿਉਹ 'ਚ ਹੋ ਜਾਂਦਾ, ਹੋਰ ਦੇਖ ਕੇ ਚਾਅ ਚੜ੍ਹ ਜਾਂਦਾ ਇਹੋ ਜਿਹਾ ਮੌਸਮ। ਹਾਂ ਸੋਹਣਾ ਮੌਸਮ ਹੈ। ਅਤੇ ਇੱਕ ਗੱਲ ਹੋਰ, ਇੱਕ ਬਾਈ ਕਹਿੰਦਾ ਸੀ ਤੁਹਾਡੇ ਸਾਰੇ ਐਂ ਤਰਪਾਲਾਂ ਲੈ ਕੇ ਬਹਿੰਦੇ ਆ, ਕੋਠੇ ਇਕੱਠੇ ਨਹੀਂ ਹੈਗੇ, ਕੋਠੇ ਹੈਗੇ ਆ ਵੀਰੇ ਆਪਣਾ, ਉਹ ਉੱਥੇ ਹੈਗਾ ਉਹ ਸਾਹਮਣੇ, ਉੱਥੇ ਅਸੀਂ ਬਹੁਤ ਘੱਟ ਜਾਂਦੇ ਹਾਂ, ਕਿਸੇ ਵੇਲੇ ਐਂ ਮਨ ਹੋਵੇ ਭੇਜਣਾ ਨੀਗਾ ਅਤੇ ਉਦੋਂ ਉੱਥੇ ਵੀ ਵਗ ਜਾਂਦੇ ਹੁੰਦੇ ਹੈਗੇ, ਅਤੇ ਨਹੀਂ ਜਦੋਂ ਐਂ ਹੋਵੇ ਵੀ ਨਹੀਂ ਯਾਰ ਨਜ਼ਾਰਾ ਲੈਣਾ ਮੀਂਹ ਦਾ, ਅਤੇ ਉਦੋਂ ਅਸੀਂ ਕਾਗਜ਼ ਜਾਂ ਉਹ ਰੱਖਿਆ ਤਾਂ ਹੋਰ ਕੰਮ ਨੂੰ ਸੀਗਾ, ਅਤੇ ਚੱਲ ਉੱਤੇ ਲੈ ਲੈਂਦੇ ਹੁੰਦੇ ਹੈਗੇ, ਅਤੇ ਉਹ ਵੀ ਆਪਦਾ ਐਡਵੈਂਚਰ ਆ ਬਈ, ਨਜ਼ਾਰਾ ਆਉਂਦਾ ਗਾ ਲਿਫਾਫਾ ਲੈ ਕੇ, ਕਦੇ ਤੁਸੀਂ ਉਸ ਤਰ੍ਹਾਂ ਮੀਂਹ 'ਚ ਕਦੇ ਬੈਠ ਕੇ ਦੇਖਿਓ, ਉਹ ਚੀਜ਼ ਦਾ ਅੱਡ ਨਜ਼ਾਰਾ ਗਾ। ਅਤੇ ਕੱਲ੍ਹ ਸਾਡਾ ਮੂਡ ਇਹ ਨਹਾਉਣ ਦਾ ਸੀਗਾ, ਫਿਰ ਅਸੀਂ ਫੋਨ ਰੱਖ ਕੇ ਉਦੋਂ ਬਾਅਦ ਖੂਬ ਵਧੀਆ ਕਣੀਆਂ 'ਚ ਨਹਾਤੇ। ਹਾਂ ਅਤੇ ਹਵਾ, ਹਾਂ ਹੁਣੇ ਹੁਣੇ ਆਈ ਆ ਠੰਡੀ ਹਵਾ, ਬਾਕੀ ਮੇਰਾ ਕੰਮ ਵਾਲੀ ਹਵਾ, ਕੰਮ ਵਾਲੀ ਹਵਾ। ਚੱਲ ਪਾਣੀ ਧਾਣੀ ਪੀਂਦੇ ਆ, ਮੈਂ ਗੱਗੂ ਨਾਲੇ ਵਾਅਦਾ ਕਰਿਆ ਸੀਗਾ ਕਿ 12:30 ਵਜੇ ਤੱਕ ਆਪਾਂ ਲਾਵਾਂਗੇ, ਅਤੇ ਉਸ ਤੋਂ ਬਾਅਦ ਜੇ ਮਹਾਂ ਠੰਡ ਹੋ ਗਈ ਤਾਂ ਆਪਾਂ ਰੈਸਟ ਲੈ ਕੇ ਦੁਬਾਰੇ ਵੀ ਮਾਣ ਸਕਦੇ, ਜਦੋਂ ਕੰਮ ਥੋੜ੍ਹਾ ਹੋਵੇ ਉਦੋਂ ਬੰਦਾ ਵੱਧ ਨਿਬੇੜਦਾ ਗਾ, ਕਿਉਂ ਗੱਗੂ ਨਾ ਕਿ ਆਏਗਾ ਘਰ ਦੇ ਕਿਰਾਂ ਨਹਾ ਲਈਏ, ਅਤੇ ਉਹ ਸਰੀਰ ਕਹਿੰਦਾ ਸੈੱਟ ਹੋ ਜੂਗਾ, ਮੈਂ ਉਹ ਕੱਪੜੇ ਕੁੱਪੜੇ ਵੀ ਸੁੱਕਣੇ ਪਾ ਕੇ ਭੇਜੇ ਹੋਏ, ਚੱਲ ਪਾਣੀ ਪੀ ਕੇ ਉੱਧਰ ਦੀ ਚੱਲਾਂਗੇ। ਚੱਲ ਬਾਕੀ ਰਹੀ ਬਈ ਖੇਤ ਕੋਠੇ ਦੀ ਕਮਰੇ ਦੀ ਗੱਲ, ਉਹ ਅਸੀਂ ਐਤਕੀ ਪਾਉਣਾ ਸੀਗਾ, ਇੱਥੇ ਪਾਵਾਂਗੇ ਰੱਬ ਸੁੱਖ ਰੱਖੇ, ਚੱਲ ਲਵੇ ਹੋ ਜਾਂਦਾ, ਉਹ ਥੋੜ੍ਹਾ ਜਿਹਾ ਦੂਰ ਹੈਗਾ ਪਰਲਾ, ਟਾਹਲੀ ਆਪਣੀ ਹਜੇ ਤੱਕ ਚੱਲੀ ਨਹੀਂ ਗੀ, ਆਸ ਲਾਈ ਹੋਈ ਆ ਕਿ ਚੱਲ ਜੂਗੀ। ਅਤੇ ਐਤਕੀ ਬਈ ਸਾਡਾ ਖਰਚਾ ਵਾਹਵਾ ਹੋ ਗਿਆ ਸੀਗਾ, 5 ਤਾਂ ਅਸੀਂ ਬੋਰ ਲਾਏ, 4 ਨਵੇਂ ਲਾਏ ਸੀ, 5ਵਾਂ ਪੱਟ ਕੇ ਚਲਾਇਆ ਸੀਗਾ ਆਹ ਪੁਰਾਣਾ ਬੋਰ, ਅਤੇ ਵੀ ਲਾਇਆਂ ਵਰਗੀ ਹੋ ਜਾਂਦਾ ਖਰਚਾ ਕੱਪਾ, ਵਾਹਵਾ ਹੋ ਗਿਆ ਸੀਗਾ। ਅਤੇ ਇੱਕ ਹੈਪੀ 'ਚ ਗੱਡੀ ਵੱਜੀ, ਉਦੋਂ ਬਸ ਉਹ ਕੰਮ ਜਿਹਾ ਹੋਰ ਖੜ ਗਿਆ, ਹੁਣ ਆਏ ਸੀਗਾ ਕਿ ਬਈ ਚੱਲ ਪਾ ਲਾਂਗੇ ਆ ਝੋਨੇ ਤੋਂ ਬਾਅਦ, ਅਤੇ ਦੂਜਾ ਆਹ ਇੱਥੇ ਪਾਈਪ ਲਾਈਨ ਪਈ ਸੀਗੀ ਬਈ,
ਤੇ ਇਸੇ ਉੱਤੇ ਇੱਥੇ ਕਮਰਾ ਪਾਉਣਾ ਸੀ, ਪੁਲਾਈ 'ਚ ਸੀਗਾ ਥਾਂ, ਅਤੇ ਤਾਂ ਕਰਕੇ ਕੰਮ ਥੋੜ੍ਹਾ ਜਿਹਾ ਵੀ ਅਸੀਂ ਡਿਲੇਅ ਕਰਤਾ, ਲੇਟ ਕਰਤਾ ਕੰਮ, ਚੱਲ ਵੀ 2-4 ਮਹੀਨੇ ਹੋਰ ਸਹੀ। ਅਤੇ ਉਹਨੇ ਸਾਡਾ ਟਿਕਾਣੇ ਟਕੂਣੇ ਸਾਰੇ ਪੱਟੇ ਗਏ ਸੀ ਪਾਈਪਲਾਈਨ ਕਰਕੇ, ਦਰਖਤ ਪੱਟੇ ਗਏ ਸਾਰੇ 17-18 ਦਰਖਤ, ਅਤੇ ਉਹਨਾਂ ਦਾ ਸਾਨੂੰ ਹਜੇ ਤੱਕ ਦਿਲ 'ਚ ਬਹੁਤ ਦੁੱਖ ਰੜਕਦਾ। ਅਤੇ ਫਿਰ ਅਸੀਂ ਟਿਕਾਣਾ ਤਾਂ ਕਰਕੇ ਵੀ ਆ ਖਾਲਜੇ ਦੇ ਉੱਤੇ ਇੱਥੇ ਕਰਿਆ ਹੋਇਆ ਗਾ, ਅਤੇ ਉਹ ਟਾਹਲੀ ਲਾਈ ਆ, ਹੋਰ ਦਰਖਤ ਲਾ ਲਾਂਗੇ। ਕੰਮ ਸਾਡੇ ਕੋਲ ਬਾਹਲਾ ਹੁੰਦਾ ਸੀ ਬਈ, ਤਾਂ ਕਰਕੇ ਬਾਹਲਾ ਸ਼ੌਂਕ ਜਿਹੇ ਨਾਲ ਥਾਂ ਉਹ ਸਮਾਰ ਕੇ ਉੱਥੋਂ ਦਾ ਰੱਖਿਆ ਨਹੀਂ ਗਿਆ। ਅਤੇ ਇੱਧਰ ਮੌਸਮ ਦੀ ਝਲਕ ਇੱਕ ਵਾਰੀ ਫਿਰ ਦੇਖ ਲਓ, ਪੀ ਲਿਆ ਪਾਣੀ, ਠੀਕ ਹੈ ਨੌਜਵਾਨ। ਹਾੜ ਦੀ ਗਰਮੀ ਡੇਕ ਦੇ ਥੱਲੇ ਮੰਜਾ ਢਾਹ ਕੇ ਬੈਠਾ ਸੀ, ਜੇ ਨਹੀਂ ਨਹਾਉਣਾ ਤਾਂ ਮਿੱਤਰਾ ਹੱਥ ਪੈਰ ਤਾਂ ਧੋਇਆ, ਐਂ ਤਾਂ ਪੈਣ ਦਾ ਨਜ਼ਾਰਾ ਵੀ ਨਹੀਂ ਆਉਂਦਾ। ਅਤੇ ਖੈਰ ਨੌਜਵਾਨ ਜਿਹੜੀ ਗੱਲ ਕਰਦੇ ਸੀਗੇ ਡੰਡੇ ਨਾਲ, ਡੰਡੇ ਵਾਲੀ ਗੱਲ ਵੀ ਇਹ ਤਾਂ ਸਾਡੇ 'ਤੇ ਲਾਗੂ ਨਹੀਂ ਹੁੰਦੀ, ਅਤੇ ਉਹ ਬਈ ਰਹਿ ਗਈ ਸੀ ਗੱਲਬਾਤ ਵਿੱਚ ਥੋੜ੍ਹੀ ਜਿਹੀ, ਅਤੇ ਉਹ ਇਸ ਕਰਕੇ ਕਹਿ ਰਹੇ ਸੀਗੇ ਉਹ ਜਿੰਨਾ ਕੰਮ ਕਰਨਾ ਅਸੀਂ ਆਪ ਹੀ ਕਰਨਾ ਗਾ, ਇੱਦਾਂ ਕਰਕੇ ਆਪ ਨੂੰ ਪਤਾ ਜਦੋਂ ਆਪ ਕਰਨਾ ਹੀ ਕਰਨਾ ਤਾਂ ਬਈ ਆਪਦਾ ਵੇਲੇ ਸਿਰ ਆ ਕੇ ਮੜ ਜਾਂਦੇ ਹਾਂ ਖੇਤਾਂ 'ਚ। ਅਤੇ ਖੈਰ ਕੁਦਰਤ ਦਾ ਨਜ਼ਾਰਾ ਲੈਂਦੇ ਹੋਏ ਹੁਣ ਇੱਥੇ 1.5-2 ਘੰਟੇ ਆਰਾਮ ਫਰਮਾਵਾਂਗੇ। ਇੱਧਰੋਂ ਬਦਲਿਆ ਬਣਿਆ ਬਣਿਆ ਐਂ ਜੇ ਲੰਘ ਗਿਆ ਹਵਾ ਨਾਲ, ਅਤੇ ਹੁਣ ਇੱਧਰ ਜੇ ਗੱਜੀ ਜਾਂਦਾ ਗਾ। ਉਹ ਕੱਲ੍ਹ ਜਿਹੜੇ ਪਾਸੇ ਬੱਦਲ ਬਣਿਆ ਸੀ ਅੱਜ ਵੀ ਉਸੇ ਪਾਸੋਂ ਬਣ ਕੇ ਆਇਆ, ਉਹ ਸਾਹਮਣੇ ਉੱਥੇ ਕਣੀਆਂ ਲੈ ਪਈਆਂ, ਬਾਲੀਆਂ ਜ਼ਿਆਦਾ ਨਹੀਂ ਪਰ ਕੈਮਰੇ ਦਾ ਪੋਹ ਨਹੀਂ ਪੈ ਰਿਹਾ, ਅੱਖ ਨਾਲ ਸੋਹਣੀਆਂ ਦਿਖਦੀਆਂ। ਅਤੇ ਆਪਣੇ ਕੋਲ ਵੀ ਟਾਵੇਂ ਟਾਵੇਂ ਕਣੀ ਡਿੱਗਣ ਲੱਗ ਪਈ, ਪਹਿਲਾਂ ਬਰੀਕ ਡਿੱਗਦੀਆਂ ਸੀ, ਹੁਣ ਕਣੀ ਥੋੜ੍ਹੀ ਜਿਹੀ ਮੋਟੀ ਹੋ ਗਈ। ਅਤੇ ਨਜ਼ਾਰਾ ਬਸ ਇਹ, ਹਵਾ ਠੰਡੀ ਹੋਰ ਆ, ਅਤੇ ਅਸੀਂ ਨਹੀਂ ਇੱਥੋਂ ਹਲਦੇ, ਕਿਉਂ ਕੱਗੂ ਨਜ਼ਾਰਾ ਲਵਾਂਗੇ ਮੀਂਹ ਦਾ। ਅਤੇ ਬਾਹਲਾ ਕੰਮ ਉੱਤੋਂ ਦੀ ਪੈਣ ਲੱਗਿਆ ਤਾਂ ਲਿਫਾਫਾ, ਇਹ ਜਿਹੜੇ ਪਹਿਲਾਂ ਆਪਾਂ ਢੱਕਣ ਬੰਦ ਕਰਕੇ ਆਏ ਉਹਦਾ ਮਤਲਬ ਨੱਕਾ, ਉਹ ਪਾਈਪਾਂ 'ਤੇ ਬੰਨਣ ਨੂੰ ਇਹ ਲੈ ਕੇ ਆਉਂਦਾ ਸੀ, ਉਦੋਂ ਪਾਈਪਾਂ 'ਤੇ ਬੰਨਿਆ ਸੀ ਇਹ ਕੱਟ ਕੱਟ ਕੇ, ਅਤੇ ਉਹ ਬਸ ਮੋਂਦਿਆਂ ਨਾਲ ਇਹ ਕੰਮ ਠੀਕ ਰਹਿੰਦਾ ਗਾ। ਅਤੇ ਹੁਣ ਮੀਂਹ ਦੀ ਆਵਾਜ਼ ਸੁਣੋ ਥੋੜ੍ਹੀ ਚੁੱਪ ਕਰਕੇ। ਕੱਪੜੇ ਪਿਉਂ ਜਾਊਗਾ ਕੰਮ, ਕਿਉਂਕਿ ਬੱਦਲ ਨੀ ਵਧੀਆ ਹੈਗਾ ਨਾ ਪਿੱਛੇ, ਐਂ ਜੇ ਟਲ ਗਿਆ ਉਹ ਤਾਂ ਕੁਦਰਤ ਆ, ਕਿੱਧਰੋਂ ਵੀ ਹੋ ਸਕਦਾ ਕੰਮ ਮੀਂਹ ਵਾਲਾ। ਵਾਹਿਗੁਰੂ, ਤੂੰ ਕੀ ਲੈ ਕੇ ਆਇਆ ਰੋਟੀ ਨਾਲ ਖਾਣ ਨੂੰ? ਚਾਰੀ ਮਿਰਚ ਚਰਨੀ ਖਾਣੀ ਆ, ਉਹ ਚਿਬੜਾਂ ਵਾਲੀ ਆ। ਵਾਹਿਗੁਰੂ ਜੀ, ਬਣਾ ਲਾ, ਕਿਉਂ ਹੁਣ ਤਾਂ ਚਲਾ ਲਿਆ ਕੈਮਰਾ ਯਾਰ, ਹੈਂ ਚੱਲ ਨਾ ਦੱਸ ਦੇ ਤੇਰਾ ਕੀ ਆ। ਤਾਜ, ਆਪਣਾ ਵੀ ਤਾਜ ਆ, ਸਕੂਲ ਗਿਆ ਹੋਇਆ ਉਹ ਯਾਰ, ਛੁੱਟੀ ਵਾਲੇ ਦਿਨ ਆ ਜਾਂਦਾ ਤੂੰ, ਹੈਂ ਨਾਨਕੀ ਗਿਆ ਸੀ, ਠੀਕ ਹੈ। ਸਮਾਂ ਹੋਇਆ ਬਈ ਇਸ ਵਕਤ 1:30 ਵਜੇ ਦਾ, ਅਤੇ ਬਾਈ ਦਾ ਨਾਂ ਸ਼ੈਂਟੀ ਸ਼ੇਰਗੜ੍ਹ ਤੋਂ, ਅਤੇ ਆਪਾਂ ਨੂੰ ਮਿਲਣ ਆਏ ਘਰੇ ਆਏ ਸੀਗੇ ਬਾਈ, ਕਹਿੰਦਾ ਪਹਿਲਾਂ ਘਰੇ ਗਏ ਅਤੇ ਘਰੋਂ ਕਹਿੰਦੇ ਖੇਤ ਆ ਬਾਈ, ਸਿੱਧੇ ਖੇਤ ਨੂੰ ਆ ਗਏ।
ਜਿਹੜਾ ਬੰਦਾ ਆਪਣੇ ਨਾਲ ਪੁਰਾਣੇ ਸਮੇਂ ਤੋਂ ਪਹਿਲਾਂ ਜੁੜੇ ਹੋਏ ਆ ਬਾਈ, ਕਹਿੰਦੇ ਸਾਨੂੰ ਕੋਈ ਪੁੱਛਣ ਦੱਸਣ ਦੀ ਲੋੜ ਹੀ ਨਹੀਂ ਬਈ, ਸਿੱਧੇ ਕਹਿੰਦਾ ਖੇਤ ਆ ਗਏ। ਪਰ ਘਰ ਵੀ ਜਿਵੇਂ ਸੜਕ ਤੇ ਆ ਬਈ, ਹਨਾ ਕੋਈ ਦਿੱਕਤ ਨਹੀਂ ਆਈ ਹੋਣੀ, ਹਨਾ? ਨਾ ਕੋਈ ਦਿੱਕਤ ਨਹੀਂ ਫਿਰ। ਹਾਂ ਬਸ ਘਰੇ ਗਏ, ਮਾਤਾ ਜੀ ਨੂੰ ਮਿਲੇ, ਮਾਤਾ ਜੀ ਕਹਿੰਦੇ ਵੀ ਖੇਤ ਨੇ, ਬਸ ਸਿੱਧਾ ਆਪਾਂ ਪਤੀ ਤੇ ਹੁਣ ਵੀਡੀਓ ਬਾਈ ਦੀ ਦੇਖਦੇ ਰਹਿੰਦੇ ਆ। ਹਾਂ ਜੀ, ਬਸ ਦੇਖ ਕੇ ਆਪਾਂ ਸਿੱਧਾ ਨਾ ਦਿਨਾ ਖੇਤ ਵਜੇ ਬਾਈ ਹੋਣਾ ਲਵੇ, ਬਹੁਤ ਵਧੀਆ ਬਾਈਆਂ ਦਾ ਸੁਭਾਅ। ਤੇ ਇੱਧਰ ਬਾਈ ਗੱਗੂ ਬੈਠਿਆ ਤੇ ਬਸ ਗੱਲਾਂ ਬਾਤਾਂ ਕਰੀਆਂ ਬਾਈਆਂ ਉਹਨਾਂ ਨਾਲ, ਤੇ ਬਹੁਤ ਵਧੀਆ ਬੰਦੇ ਨੇ ਬਾਈ ਨੂੰ। ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ। ਧੰਨਵਾਦ ਬਾਈ। ਤੇ ਤੁਸੀਂ ਵੀਰ ਆਪਣਾ ਨਾਮ ਬੋਲ ਦਿਓ। ਮੇਰਾ ਨਾਮ ਗੁਰਸੇਵ ਸਿੰਘ ਹੈ ਜੀ। ਅੱਛਾ, ਮੇਰੇ ਵਾਲੇ ਜੀ ਨਾਂ ਤਾਂ? ਹਾਂ, ਮੇਰਾ ਮੀਰਪੁਰ ਖੁਰਦਾ ਜੀ। ਅੱਛਾ, ਮੀਰਪੁਰ ਖੁਰਦਾ। ਇਹ ਵੀਰ ਤਾਂ ਸਾਡੇ ਗਵਾਂਢੀ ਪਿੰਡਾਂ ਤੋਂ ਆ। ਤੇ ਠੀਕ ਆ ਭਾਈ ਜੀ ਆਇਆਂ ਨੂੰ। ਤੇ ਤੁਸੀਂ ਕਾਕੇ? ਤੁਸੀਂ ਰਾਜੇ ਕਿਹੜੇ ਪਿੰਡੋਂ? ਰਾਜੇ ਤੈਨੂੰ ਪੁੱਛਦਾ। ਠੀਕ ਹੈ, ਆ ਜਾ ਉਰੇ ਨੌਜਵਾਨਾ, ਇਹ ਸੰਗੀ ਜਾਂਦਾ ਝੂਠ ਲਾ ਡੇਕਾਂ ਤੇ ਕੋਈ ਨਾ। ਤੇ ਬਾਕੀ ਬਈ ਆਪਣਾ ਤਾਂ ਆਹੀ ਟਿਕਾਣਾ, ਤੁਹਾਨੂੰ ਪਤਾ ਹੀ ਇੱਥੇ, ਹੈ ਨਾ, ਸਾਧਾਂ ਵਰਗੀਆਂ ਵਾ ਆਪਣਾ, ਇੱਥੇ ਵਧੀਆ ਸੋਹਣਾ ਜੀ ਲੱਗਦਾ ਗਾ। ਤੇ ਧੰਨਵਾਦ ਬਾਈ, ਮਿਹਰਬਾਨੀ, ਤੁਸੀਂ ਵੀ ਸਮਾਂ ਕੱਢ ਕੇ ਆਏ ਸਾਨੂੰ। ਅੱਧਾ ਪੌਣਾ ਘੰਟਾ ਹੋ ਗਿਆ ਬਾਈਆਂ ਨਾਲ ਗੱਲਾਂ ਬਾਤਾਂ ਕਰੀ ਜਾਂਦੇ ਨੂੰ, ਅਤੇ ਬਾਈ ਸੋਹਣਾ ਸੁਭਾਅ ਇਹਨਾਂ ਦਾ ਵੀ ਬਾਈਆਂ ਦਾ। ਅਤੇ ਬਾਈ ਦਾ ਸਵੇਰੇ ਕਮੈਂਟ ਆਇਆ ਸੀ ਆਉਂਦਾ ਹੋਇਆ ਖੇਤ ਪੜ੍ਹ ਕੇ ਆਇਆ ਸੀ ਬਾਈ ਨੇ, ਮੈਂ ਕੋਈ ਨੰਬਰ ਵੀ ਨਹੀਂ ਲਿਆ, ਚੱਲ ਮੈਂ ਘਰ ਆਇਆ ਤਾਂ ਗੱਲਬਾਤ ਬਾਈ ਨੂੰ ਪਤਾ ਲੱਗ ਜਾਊ, ਕਹਿੰਦਾ ਬਾਈ ਮਿਲਣ ਆਵਾਂਗੇ। ਹਾਂ ਬਾਈ ਕਹਿੰਦਾ ਮਿਲਣ ਆਵਾਂਗੇ ਅੱਜ, ਮੈਂ ਕਿਹਾ ਚੱਲ ਪਹੁੰਚ ਜੂਗਾ ਬਾਈ ਕੋਈ ਨਾ। ਸੁਭਾਅ ਬਾਈ ਬਾਈ ਦਾ ਕਰਕੇ ਪਤਾ ਲੱਗਦਾ ਬੰਦੇ ਨੇ, ਮੋਬਾਈਲ 'ਚ ਕੁਛ ਹੋਰ ਆ ਲਵੇ ਬਹਿ ਕੇ ਪਤਾ ਲੱਗਦਾ ਵੀ ਬੰਦਾ ਕਿਵੇਂ ਦਾ। ਹਾਂ ਇਹ ਤਾਂ ਹੈ ਬਾਈ, ਚੰਗਾ ਸੁਭਾਅ ਬਾਈ ਦਾ। ਹਾਂ ਮਿਹਰਬਾਨੀ ਬਾਈ ਜੀ। ਤੇ ਬਸ ਆਹੀ ਕੁਛ ਆ ਬਾਈ, ਮੋਹ ਪਿਆਰਾ ਦੁਨੀਆ 'ਤੇ ਲੈ ਜਾਣਾ ਨਾ, ਕੰਮ ਕਾਰ ਆਪਦਾ ਬਸ ਜਿੰਨਾ ਕੁ ਬਣਦਾ ਬਣਾਈ ਜਾਂਦੇ ਹਾਂ, ਬਸ ਸਾਫ਼ ਸੁਥਰੀ ਗੱਲਬਾਤ ਜੀ ਦਿਖਾਈ ਜਾਂਦੇ ਹਾਂ ਨਾ। ਅਤੇ ਮਿਹਰਬਾਨੀ ਇੱਕ ਵਾਰ ਫਿਰ ਤੋਂ, ਧੰਨਵਾਦ ਜੀ, ਆਇਆਂ ਨੂੰ ਬਾਈ। ਕੱਕੂ ਏ, ਸਵਾ ਤਿੰਨ ਹੋ ਗਏ, ਉੱਠ ਯਾਰ। ਵਾਹਿਗੁਰੂ, ਜਗਦਾ ਹੀ ਨਹੀਂ। 23 ਮਿੰਟ ਹੋ ਗਏ ਤੈਨੂੰ ਵੱਜ ਕੇ, 3 ਵਜੇ ਉਠਾਉਣਾ ਸੀਗਾ ਤੈਨੂੰ, ਫਿਰ ਮੈਂ ਚੱਲ ਗਰਮੀ ਵਾਲੀ ਆ, ਹੋਰ ਰੈਸਟ ਕਰ ਲੈਣ ਦੇ। ਉੱਠ ਖੜ, 3 ਵਜੇ ਉੱਠ ਕੇ ਕੱਖ ਪੱਟਣ ਦੀ ਡਿਊਟੀ ਲਾਉਣ ਦੀ ਸਲਾਹਾਂ ਕਰਦੇ ਕਰਦੇ ਨੌਜਵਾਨਾਂ ਨੇ 4 ਵਜੇ ਦਾ ਸਮਾਂ ਕਰ ਲਿਆ। ਧੁੱਪਾ ਠੀਕ ਹੈ, ਗਰਮੀ ਤਾਂ ਚੱਲਦੀ ਰਹਿੰਦੀ ਆ, ਬੈਠਿਆਂ ਨੂੰ ਵੱਧ ਲੱਗੀ ਜਾਂਦੀ ਆ, ਕੰਮ ਕਰਦਿਆਂ ਨੂੰ ਬਸ ਬੰਦਾ ਉਹੋ ਜਿਹੀ ਹੋ ਜਾਂਦਾ, ਉੱਠ ਕੇ ਲਾ ਲਈਏ ਡਿਊਟੀ। ਅਤੇ ਇਹਦੇ 'ਚ 3-4 ਕੁ ਉਹ ਖੜਾ ਗਾ ਕਿੱਲੇ 'ਚ, ਬਸ 3-4-5 ਬੂਟੇ ਆ, ਬਸ ਐਂ ਸਮਝ ਲਓ ਬਸ ਇਹ ਰੜਕਦੇ ਜੀ। ਅਸੀਂ ਕਈ ਦਿਨਾਂ ਦੇ ਭਾਪੇ ਹੋਰੇ ਟੋਕੀ ਜਾਂਦੇ ਸੀਗੇ, ਅੱਗੋਂ ਨੂੰ ਮਹਾਂ ਪਹਿਲਾਂ ਤਾਂ ਇਹ ਦੇ ਕਿਹੜਾ, ਅਗਲੀ ਗੱਲਬਾਤ ਫਿਰ ਵੇਖਦੇ ਹਾਂ। ਮੈਂ ਇਹੋ ਜਿਹੇ 4-5 ਕੁ ਬੂਟਿਆਂ ਨੇ ਸਾਡਾ ਨੱਕ ਵੜਾ ਰੱਖਿਆ ਸੀ, ਕਿਉਂ ਕੱਕੂ? ਇਹ ਖੜਾ, ਇਹ ਪਹਿਲਾਂ ਵਾਲੇ ਕਿਹੜੇ ਜਦੋਂ ਕੱਖ ਕੱਢੇ ਸੀ ਉਦੋਂ ਰਹਿ ਗਏ ਸੀਗੇ ਕਿਤੇ, ਅਤੇ ਬਾਕੀ ਰਾਜੀ ਖੁਸ਼ੀ ਮਾਮਲਾ ਉਹ ਖੜਾ ਇੱਕ, ਅਤੇ ਮੱਖਣ ਹੋਰੇ 2 ਕਿੱਲੇ ਹੋਰ ਨਹੀਂ ਛੱਡਦੇ, ਅਤੇ 1 ਕਿੱਲਾ ਉੱਧਰ ਗੇੜਾ ਦੇ ਲਿਆ, ਅਤੇ ਕੰਮ ਰਾਜੀ ਖੁਸ਼ੀ ਆ, ਵਧੀਆ ਸੋਹਣਾ ਜੀ ਲੱਗਿਆ ਹੋਇਆ।
ਤੇ ਬਸ ਆ ਕੇ ਇੱਕ ਵਾਰੀ ਧੁੱਪੇ ਵੜਨ ਦੀ ਦੇਰ ਸੀ, ਉਸ ਤੋਂ ਬਾਅਦ ਐਂ ਲੱਗਦਾ ਸੀਗਾ ਬਸ ਕਿਹੜੀ ਗਰਮੀ ਆ। ਸਵਾ ਕੁ 6 ਵਜੇ ਦਾ ਸਮਾਂ ਹੋ ਗਿਆ ਅਤੇ ਨੌਜਵਾਨ 4 ਕਿੱਲੇ ਮੱਥ ਕੇ ਆਏ ਸੀਗੇ ਅੱਜ, ਇੰਨਾ ਕੱਖ ਪੱਟ ਕੇ ਜਾਣਾ, ਪਰ 6.25 ਕਿੱਲਿਆਂ 'ਚ ਗੇੜਾ ਦੇ ਲਿਆ। ਆਹ ਸੀ ਮੋਟੇ ਮੋਟੇ ਕੱਖ ਸੀ, ਸੋਹਣੇ ਸੀ, ਫਿਰ ਵੀ ਵਧੀਆ ਦਿਹਾੜੀ ਲੱਗੀ ਆ। ਅਤੇ ਜਿੰਨਾ ਮੱਥ ਕੇ ਆਏ ਸੀ ਉਨਾ ਕੰਮ ਹੋ ਗਿਆ, ਪਰ ਇੱਕ ਰਹਿ ਗਿਆ ਉੱਧਰ ਬੱਟ, ਉਹ ਖਾਲ ਵਾਲੀ ਬੱਟ ਜਿਸ ਮਾਰਨੀ ਸੀਗੀ ਉਹ ਰਹਿ ਗਈ। ਅਤੇ ਉਹ ਖੈਰ ਗੱਗੂ ਕਹਿੰਦਾ ਤੁਰੇ ਫਿਰਦੇ, ਆਪਾਂ ਜਦੋਂ ਚੀਕ ਰਿਹਾ ਉਦੋਂ ਹੀ ਲੋਡ ਕਰ ਦਿਆਂਗੇ। ਫਿਲਹਾਲ ਚੱਲਦੇ ਹਾਂ ਦੂਸਰੇ ਖੇਤ, ਯੂਰੀਆ ਅਤੇ ਫਿਊਰੀ ਰਲਾ ਕੇ ਪਾਉਂਦੇ ਹਾਂ। ਠੀਕ ਹੈ ਚੋਬਰਾ, ਬੜਕ ਜੀ ਦਾ ਮਾਰਦੇ ਮਾੜੀ ਜੀ। ਠੀਕ ਹੈ ਕਹਿੰਦਾ, ਉਹ ਇਹ ਤਾਂ ਬਸ ਵੀਡੀਓ ਬਣਾਉਂਦੇ ਬਣਾਉਂਦੇ ਰੱਖੇ ਸੀ, ਸਾਫ਼ ਕਰਨ ਵਾਸਤੇ ਹੀ ਖੜ੍ਹੇ ਸੀ, ਚੂਹੇ ਨਹੀਂ ਪੈਣ ਦਿੰਦੇ ਗੱਗੂ ਆਪਾਂ ਯਾਰ। ਨਾ ਕੈਂਪਰ ਟੰਗਾਂਗੇ ਪਹਿਲਾਂ, ਲੱਤਾਂ ਛਿੱਲਦੀਆਂ ਝੋਨੇ ਨੇ ਗੱਗੂ, ਵਧੀਆ ਰਿਹਾ ਤੂੰ ਤਾਂ ਪਜਾਮਾ ਪਾਇਆ ਹੋਇਆ ਸੀਗਾ। ਹਾਂਜੀ, ਘਰ ਆਉਂਦੇ ਸਾਰ ਸਹਿਜ ਸੱਦ ਲਈ, ਐ ਮੇਰਾ ਕੰਮ ਦੇਖੋ ਚਾਚਾ, ਕਹਿੰਦੀ ਕਿਹਨੇ ਲਿਖਿਆ ਏ ਉਹ ਨਾ ਤੂੰ ਉਰੇ ਆ, ਤੂੰ ਕੀ ਬਣਿਆ ਫਿਰ ਤਾਂ ਵੈਰੀ ਗੁੱਡ ਪੁੱਤਰ, ਅੱਛੀ ਇੰਟੈਲੀਜੈਂਟ ਭਤੀਜੀ ਸਾਡੀ। ਜੀ ਕਿੱਥੋਂ ਵੇਖ ਵੇਖ ਕੇ ਲਿਖਿਆ ਸਾਰੇ, ਹੈਂ ਸਹਿਜ ਕਿੱਥੋਂ ਵੇਖ ਵੇਖ ਕੇ ਲਿਖਿਆ? ਹਾਂ ਸਾਰੇ ਆ, ਹਾਂ ਪਿੱਛੇ ਮੁੜੇ ਜਾਣਦੀ ਆਪੇ ਲਿਖਣ ਜਾਣਦੀ ਆ, ਵੈਰੀ ਗੁੱਡ। ਚੱਲ ਹੁਣ ਗੱਗੂ ਨੇ ਟਰੈਕਟਰ ਮੋੜ ਲਿਆ ਸੀ ਖੇਤ ਜਾਣਾ, ਪੁੱਤ ਉੱਧਰਲੇ ਯੂਰੀਆ ਪਾ ਕੇ ਆਉਣੀ ਆ। 7:45 ਦਾ ਸਮਾਂ ਹੋ ਗਿਆ, ਲੇਟ ਹੋਈ ਜਾਂਦਾ ਫਿਰ। ਠੀਕ ਹੈ, ਵੈਰੀ ਗੁੱਡ, ਬਹੁਤ ਅੱਛੇ ਪੜ੍ਹੀ ਆ ਚਾਚਾ, ਦੇਖਤਾ ਇੱਕ ਵਾਰੀ ਆ ਕੇ, ਕਹਿੰਦੀ ਮੈਂ ਕਿਹਾ ਵੇਖ ਕੇ ਆਉਂਦੇ ਹਾਂ। ਠੰਡੀ ਠੰਡੀ ਚੱਲਦੀ ਹੋਈ ਹਵਾ ਅਤੇ 8:25 ਦਾ ਟਾਈਮ, ਕੁਸੇ ਵਾਲੇ ਖੇਤ ਵੱਗ ਗਏ ਸੀਗੇ 7:00 ਡੁੜਕ ਕਿੱਲਾ ਬਸ ਯੂਰੀਆ ਅਤੇ ਫਿਊਰੀ ਜੀ ਰਲਾ ਕੇ ਪਾਉਣੀ ਸੀਗੀ। ਅਤੇ ਫੋਨ ਫਿਰ ਮੈਂ ਘਰ ਹੀ ਰੱਖ ਗਿਆ ਸੀਗਾ ਕਿ ਉੱਥੇ ਮੈਂ ਗਿੱਲਾ ਸਿੱਲਾ ਜਿਹਾ ਕੰਮ ਹੋਊਗਾ, ਅਤੇ ਨਾਲੇ ਬੋਰ ਚਲਾ ਕੇ ਨਹਾਇਆ ਸੀਗਾ ਉੱਥੇ, ਤਾਂ ਉਵੇਂ ਫਿਰਦਾ ਸਿੱਕ ਸਿੱਕ ਜਿਹਾ ਹੋਇਆ ਕੰਮ। ਅਤੇ ਖੈਰ ਇੰਨਾ ਕੁ ਸੀ ਆਪਣਾ ਅੱਜ ਦੇ ਦਿਨ ਦਾ ਪ੍ਰੋਗਰਾਮ, ਉਮੀਦ ਕਰਦੇ ਹਾਂ ਵਧੀਆ ਲੱਗਿਆ ਹੋਊ, ਤਾਂ ਲਾਈਕ ਵਾਲਾ ਅੰਗੂਠਾ ਜਾਂ ਲਾਜ਼ਮੀ ਦੱਬ ਦਿਓ, ਜਾਂਦੇ ਜਾਂਦੇ ਲਾਈਕ ਸ਼ੇਅਰ ਵਾਲੀ ਸਪੋਰਟ ਵੀ ਜ਼ਰੂਰ ਕਰਿਓ। ਅਤੇ ਬਸ ਸਮਾਪਤੀ ਇੱਥੇ ਹੀ, ਆਪਾਂ ਮਿਲਦੇ ਹਾਂ ਕੱਲ੍ਹ ਨੂੰ ਸਵੇਰੇ 7:00 ਨਵੇਂ ਬਲੌਗ ਦੇ ਨਾਲ। ਬਹੁਤ ਸਾਰਾ ਧੰਨਵਾਦ, ਪਿਆਰ ਸਤਿਕਾਰ ਸਾਰੇ ਵੀਰਾਂ ਭਾਣਾ ਭੈਣਾਂ ਵਾਸਤੇ ਜਿਹੜੇ ਸਮਾਂ ਕੱਢ ਕੇ ਸਾਨੂੰ ਵੇਖਦੇ ਹੋ। ਮਿਲਦੇ ਹਾਂ ਫਿਰ ਕੱਲ੍ਹ ਨੂੰ ਸਵੇਰੇ 7:00। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।